ये रिकॉर्ड तो मेरे शुरू तो होंगे पे पर लिपका बुक ऑफ रिकॉर्ड पहली बार 1990 ये किताब छपी है तो यह मतलब कि पहली फोटो आई है। बारह हज़ार 178 तो फासला वह 75 तो 80 सेंटीमीटर का इदा फासला की है जी। 138 वाली बाँ घुमाई 1 मिनट के अज असी तुहानू मिलान जा रहे हैं 81 साल के रिकॉर्डमैन दे नाल। रिकॉर्डमैन इस करके कह रहे हैं कि जदों कोई व्यक्ति एक रिकॉर्ड बना लवे तो वह अपनी जिंदगी सब तो यादगार लम्हे रखता है, लेकिन जिस 81 साल के अज असी नौजवान कहांगे क्योंकि उन्होंने दिल भी नौजवान है तो काम भी उन्होंने नौजवानी वाले ने तो रिकॉर्ड बनाए ने 33 लिमका बुक ऑफ रिकॉर्ड के जिहड़े ने रिकॉर्ड ने 17 तुहाडे सामने लगे ने 16 आने वाले बाकी ने। ਇੱਦਾਂ ਦੀ ਕੁਝ ਕਹਾਣੀ ਹੈ ਤਾਂ ਰਿਕਾਰਡ ਇਸ ਕਰਕੇ ਤੁਹਾਨੂੰ ਸਾਂਝੇ ਕਰ ਰਹੇ ਹਾਂ ਕਿ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਤੋਂ ਪਿਛਲੇ 30 ਸਾਲ ਪੁਰਾਣੀਆਂ ਵੀ ਕਿਤਾਬਾਂ ਵੀ ਤੁਸੀਂ ਖੰਗਾਲ ਲਓਗੇ ਅਤੇ ਉਹਦੇ ਵਿੱਚ ਸਰਦਾਰ ਸੁਰਿੰਦਰ ਸਿੰਘ ਆਜ਼ਾਦ ਦਾ ਨਾਮ ਹੈ ਤਾਂ ਸਰਦਾਰ ਸੁਰਿੰਦਰ ਸਿੰਘ ਆਜ਼ਾਦ ਦੀ ਇੱਕ ਵੱਖਰੀ ਪਛਾਣ ਹੈ, ਵੱਖਰੀ ਹੋਂਦ ਰੱਖਦੇ ਨੇ ਤਾਂ ਰਿਕਾਰਡ ਤੁਹਾਡੇ ਸਾਹਮਣੇ ਹੈ। ਇਹੋ ਜਿਹੇ ਬਹੁਤ ਸਾਰੇ ਹੋਰ ਵੀ ਰਿਕਾਰਡ ਨੇ ਲੇਕਿਨ ਕੋਸ਼ਿਸ਼ ਹੁੰਦੀ ਹੈ ਕਿ ਹਮੇਸ਼ਾ ਵੱਡੇ ਰਿਕਾਰਡ ਦਿਖਾਏ ਜਾਣ ਤਾਂ ਸਰਦਾਰ ਸਾਹਿਬ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਸਰਦਾਰ ਜੀ ਕੀ ਕਹਿਣਾ ਚਾਹੁੰਦੇ ਹੋ, ਕਿਵੇਂ ਰਿਕਾਰਡ ਹੈ ਜੀ, ਕੀ ਹੈ ਤੁਹਾਡਾ ਰਿਕਾਰਡ ਦਾ ਮਾਇਨਾ ਜੀ, ਦੱਸੋ ਜੀ। ਇਹ ਰਿਕਾਰਡ ਤਾਂ ਮੇਰੇ ਸ਼ੁਰੂ ਤੋਂ ਹੁੰਦੇ ਪਏ ਆ ਪਰ ਲਿਮਕਾ ਬੁੱਕ ਆਫ ਰਿਕਾਰਡ ਪਹਿਲੀ ਵਾਰੀ 1990 ਦੇ ਵਿੱਚ ਇਹ ਕਿਤਾਬ ਛਪੀ ਆ ਅਤੇ ਇਹ ਮਤਲਬ ਕਿ ਪਹਿਲੀ ਫੋਟੋ ਆਈ ਜੀ। ਤੁਹਾਨੂੰ ਫੋਟੋ ਵੀ ਦਿਖਾਉਂਦੇ ਜੀ। ਅੱਛਾ, ਕਾਹਦੀ ਫੋਟੋ ਹੈ ਜੀ? ਇਹ ਚੈਸਟ ਐਕਸਪੈਂਸ਼ਨ ਜੀ। ਅੱਛਾ ਜੀ, ਹਾਂਜੀ, 9 ਇੰਚ ਐਕਸਪੈਂਸ਼ਨ ਕਰਕੇ ਆਇਆ ਮੈਂ ਸਿੰਗਾਪੁਰ। ਸਿੰਗਾਪੁਰ, ਓਕੇ। ਤਾਂ ਵਰਲਡ ਰਿਕਾਰਡ ਤੁਹਾਡੇ ਨਾਮ ਬਹੁਤ ਸਾਰੇ ਰਿਕਾਰਡ ਨੇ, ਕਾਹਦੇ ਕਾਹਦੇ ਰਿਕਾਰਡ ਨੇ ਤੁਹਾਡੇ ਕੋਲ, ਕੀ ਕੁਛ ਕਰ ਰਹੇ ਨੇ? ਹਾਂਜੀ, ਜਸਟ ਐਕਸਪੈਂਸ਼ਨ 9 ਇੰਚਿਸ, ਕਲੈਪਿੰਗ 12,178 ਅਤੇ ਫਾਸਲਾ ਉਹਦਾ 75 ਤੋਂ 80 ਸੈਂਟੀਮੀਟਰ ਦਾ। ਅੱਛਾ ਜੀ, ਇੱਦਾਂ ਫਾਸਲਾ। ਅੱਛਾ, ਹੁਣ ਤੁਸੀਂ ਸਾਨੂੰ ਕਰਕੇ ਦਿਖਾਓਗੇ? ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕਰਕੇ ਵੀ ਦਿਖਾਓ। ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਆਖਿਰਕਾਰ ਜੋਸ਼ ਅਤੇ ਜਜ਼ਬੇ ਦੀ ਕਹਾਣੀ ਕੀ ਹੁੰਦੀ ਹੈ। ਤਾਂ ਇਹ 81 ਸਾਲ ਦੇ ਨੌਜਵਾਨ, ਸਭ ਤੋਂ ਪਹਿਲੇ ਚੈਸਟ ਐਕਸਪੈਂਸ਼ਨ ਕਰਕੇ ਦਿਖਾਓਗੇ ਜੀ? ਹਾਂਜੀ ਹਾਂਜੀ, ਤੁਸੀਂ ਚਲੋ ਦੱਸੋ ਕਿਹੜਾ ਰਿਕਾਰਡ ਹੈ, ਤੁਸੀਂ ਦੱਸੋ ਪਹਿਲਾਂ। ਇਹ ਪਹਿਲਾਂ ਤਾੜੀਆਂ ਦਾ ਰਿਕਾਰਡ ਹੈ, ਮਾਰ ਕੇ ਦਿਖਾਓ ਜੀ ਤਾੜੀਆਂ। ਇਹਨਾਂ ਫਾਸਲਾ 85 ਤੋਂ 90 ਸੈਂਟੀਮੀਟਰ ਦਾ। ਅੱਛਾ ਜੀ, ਇਹ ਕਿੰਨੀਆਂ ਤੋੜੀਆਂ ਮਾਰ ਲੈਂਦੇ ਜੀ ਇੱਕ ਘੰਟੇ 'ਚ? 12,178 ਇੱਕ ਘੰਟੇ 'ਚ? ਘੰਟੇ 'ਚ, ਹਾਂਜੀ। ਤੁਸੀਂ ਤੋੜੀਆਂ ਮਾਰੀਆਂ? ਹਾਂਜੀ ਹਾਂਜੀ। ਇਹ ਰਿਕਾਰਡ ਤੁਹਾਡੇ ਨਾਮ ਹੈ? ਹਾਂਜੀ। ਤਾਂ ਰਿਕਾਰਡ ਕਿੱਥੇ ਜੀ? ਇਹ ਵਾਲਾ 12,178 ਵਾਲਾ। ਤਾਂ ਵੀ ਤੁਹਾਨੂੰ ਹਰ ਚੀਜ਼ ਦਿਖਾ ਰਹੇ ਹਾਂ ਕਿ ਰਿਕਾਰਡ ਜਿਹੜੇ ਸਾਰੇ ਵਿੱਚ ਨੇ ਤਾਂ 12,178 ਤੌੜੀਆਂ ਦਾ ਰਿਕਾਰਡ। ਤਾਂ ਇਹ ਤੁਹਾਨੂੰ ਅਸੀਂ ਸਾਂਝਾ ਕਰ ਰਹੇ ਹਾਂ, ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਰੇ ਰਿਕਾਰਡ ਨੇ। ਤਾਂ ਇਹ ਰਿਕਾਰਡ ਹੈ, ਤੁਸੀਂ ਦੇਖੋ 12,000 ਸੁਰਿੰਦਰ ਸਿੰਘ ਆਜ਼ਾਦ ਆਫ ਅੰਮ੍ਰਿਤਸਰ ਕਲੈਪਡ 12,178 ਟਾਈਮ ਇਨ 1 ਆਰ, ਠੀਕ ਹੈ ਜੀ। ਤਾਂ 2:45 ਤੋਂ 3:45 ਤੱਕ ਰਿਕਾਰਡ ਹੈ। ਤਾਂ ਇਹ ਅਸੀਂ ਰਿਕਾਰਡ ਤੁਹਾਨੂੰ ਸਾਂਝੇ ਕਰ ਰਹੇ ਹਾਂ। ਸਰਦਾਰ ਸਾਹਿਬ, ਅਸੀਂ ਹੋਰ ਵੀ ਤੁਹਾਡੇ ਕੋਲ ਬਹੁਤ ਸਾਰੇ ਰਿਕਾਰਡ ਨੇ, ਕੋਸ਼ਿਸ਼ ਕਰਾਂਗੇ ਕਿ ਹਰ ਰਿਕਾਰਡ ਦੇ ਨਾਲ ਹਰ ਰਿਕਾਰਡ ਤੁਹਾਨੂੰ ਦਿਖਾਉਣ ਦੀ। ਹੋਰ ਚੁਟਕੀਆਂ ਦਾ ਕੀ ਰਿਕਾਰਡ ਹੈ ਜੀ ਤੁਹਾਡਾ? ਚੁਟਕੀਆਂ 11,510 ਚੁਟਕੀਆਂ। ਕਿੱਦਾਂ ਮਾਰਦੇ ਚੁਟਕੀਆਂ, ਦਿਖਾਓ ਜੀ। ਦਿਖਾਓਗੇ? ਉਹ ਵੀ ਰਿਕਾਰਡ ਤੁਹਾਨੂੰ ਸਾਂਝਾ ਕਰ ਰਹੇ ਹਾਂ, ਸੁਰਿੰਦਰ ਸਿੰਘ ਆਜ਼ਾਦ ਅੰਮ੍ਰਿਤਸਰ। ਤਾਂ ਤੁਸੀਂ ਵੇਖ ਸਕਦੇ ਹੋ ਕਿ 11,510 ਚੁਟਕੀਆਂ ਦਾ ਰਿਕਾਰਡ ਨੇ। ਤਾਂ ਉਹ ਵੀ ਅਸੀਂ ਤੁਹਾਨੂੰ ਸਾਂਝਾ ਕਰ ਰਹੇ ਹਾਂ, ਕੋਸ਼ਿਸ਼ ਕਰਾਂਗੇ ਸਾਰੇ ਰਿਕਾਰਡ ਸਾਂਝੇ ਕਰਨ ਦੀ। ਤਾਂ ਅੰਮ੍ਰਿਤਸਰ ਦੇ ਸੁਰਿੰਦਰ ਸਿੰਘ ਆਜ਼ਾਦ ਜੋ ਕਿ ਇਸ ਵਕਤ ਉਹਨਾਂ ਦੀ ਉਮਰ 81 ਸਾਲ ਹੈ, ਤਾਂ ਲੇਕਿਨ ਰਿਕਾਰਡ ਦੀ ਜੇ ਗੱਲ ਕਰੀਏ ਤਾਂ ਰਿਕਾਰਡ ਇੰਨੇ ਨੇ ਕਿ ਸ਼ਾਇਦ ਕੋਈ ਵਿਅਕਤੀ ਸੋਚ ਵੀ ਨਹੀਂ ਸਕਦਾ। ਤਾਂ ਰਿਕਾਰਡ ਦੀ ਲਿਸਟ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ, ਤਾਂ ਸਰਦਾਰ ਸਾਹਿਬ ਨਾਲ ਅਸੀਂ ਗੱਲਬਾਤ ਵੀ ਜਾਰੀ ਰੱਖਾਂਗੇ। ਤਾਂ ਉਸ ਦੇ ਵਿੱਚ ਅਸੀਂ ਜੀ ਲਿਮਕਾ ਬੁੱਕ ਆਫ ਰਿਕਾਰਡ ਵਾਲੇ ਨੇ ਕਿਹਾ ਵੀ ਇਹ 11,510 ਇਹ ਮਤਲਬ ਬਹੁਤ ਟਾਈਮ ਲੱਗ ਜਾਂਦਾ ਤੁਹਾਡੀ ਇੰਨੀ ਉਮਰ ਦੇ ਹਿਸਾਬ ਨਾਲ, ਇਹ ਠੀਕ ਨਹੀਂ ਗਾ, ਚਲੋ ਅਸੀਂ ਰਿਕਾਰਡ ਦੇ ਦਿੰਦੇ ਹਾਂ ਪਰ ਤੁਸੀਂ 1 ਮਿੰਟ ਦਾ ਬਣਾ ਕੇ ਸਕੋ।
अच्छा जी, फिर एक मिनट कि मारियां? एक मिनट में पहला मारियां सी 278 ते ओ तो बाद में 292 तक मारियां। एक मिनट मार के दिखाओगे? एक बार फिर तुम दिखाने दोनों हत्थों मार दो जी। तो तुम तस्वीर सजिया रिकॉर्ड दियाँ कर रहे हैं, तुम वेख सकते हो कि रिकॉर्ड जरा है इस वेले इन्हों के नाम ने तो बहुत सारे रिकॉर्ड तुम इस करके असं सजा के दिखा रहे हैं कि किसी व्यक्ति का एक सपना हों जिंदगी कोई रिकॉर्ड बनाए, एक रिकॉर्ड बन जाए तो बंदा अपने आप को बहुत खुश नसीब समझता है। लेकिन असी अज तू साझे कर रहे हैं रिकॉर्ड मैन के नाल, तो रिकॉर्ड मैन किस तरह बनाते हैं, तो चुटकियाँ किस तरह मारते हैं, सरदार सुरेंद्र सिंह आजाद नाल गलबात जारी रखांगे। आजाद साहब मार के दिखाओ फिर चुटकियाँ, फिर एक मिनट वाली चुटकी जी। वाह जी वाह, क्या बात है सुरेंद्र सिंह जी। होर किहड़े किहड़े रिकॉर्ड तुसीं बना लैंदे? बांह घुमाण दा भी कहिंदे कोई रिकॉर्ड तुहाडा? बांह घुमाण दा की है जी? एक 138 वारी बांह घुमाई एक मिनट दे विच। किद्दां जी? वाह जी वाह, क्या बात है। तुसीं वेख सकते हो कि बांह घुमाण दा रिकॉर्ड है, तो 138 वारी बांह घुमाण दा रिकॉर्ड है, तो दोवें बांह घुमा लैंदे हो जी? दोनों घुमा लैंदा। स्पीड स्पीड स्पीड, वो तुसीं देखो कि जिस तरह असीं कहिंदे ना कि चारा कट्टण वाली मशीन चलती है, तो एक एक बांह करके दिखाओ, एक बांह करके दिखाओ जी। तो तुसीं स्पीड वेखो, 81 साल की उम्र है इन्हां दी, इन्हां दी उम्र 81 साल की है, तो इस उम्र लोग अपने मोढ़े फड़ के बह जांदे ने कि असी साढ़े मोढ़े खराब ने, साढ़े गोडे खराब ने, लेकिन इस नौजवान असी नौजवान कहांगे, असी बजुर्ग नहीं कहना इन्हां नूं, क्योंकि 81 साल के ने। होर सरदार साहब किहड़े किहड़े रिकॉर्ड ने तुहाडे नाम जिहड़े असी सामने वेख रहे, होर तुसीं दसो किद्दां कर लैंदे हो? एक गुट घुमांदा। घुमाओ जी। ला वाह जी वाह, क्या बात है। स्पीड वेखो, सब तो वड्डी गल है तो गुट घुमाण की स्पीड जिहड़ी असीं तुहानूं सांझी कर रहे हैं कि गुट किस तरीके नाल तेजी नाल घुमा रहे ने सरदार साहब सुरेंद्र सिंह आजाद, नाम आजाद है बिल्कुल। 290 एक मिनट दे विच। एक मिनट च 290 रिकॉर्ड है? हाँ वाह जी वाह, 290 का रिकॉर्ड है, तो वी तुहानूं सांझा कर रहे हैं। हाँ जी, तो होर किहड़ा रिकॉर्ड है भाजी, तुसीं तुहानूं दसो देखने इहदे विच? नहीं तुसीं करके दिखाओ जरा, कर सकदे हो होर कहानी दहाने कि किस तरीके खुराकां दे नाल सेहत बनाए ने ते छातियां फुलांदे नजर आ रहे ने। जवानी दियां तस्वीरां हुण असीं तुहानूं दिखाने आ कि अक्सर फिल्मां च तुसीं वेखदे सी कई साढ़े राजनीतिक लोग 56 इंच छाती की गल करते हैं, 9 इंच छाती फैला के दहानगे सरदार सुरेंद्र सिंह आजाद की। दाओ जी भाजी किदा करते जी? जी जी तस्वीर तुहानू सांझी कर रहे हैं, 9 इंच छाती फैलाने का रिकॉर्ड इस 81 साल के असी बॉडी बिल्डर उन्हां नू कहांगे। तुसीं बॉडी की फिजीक देख सकते हो कि कोई एक्सरसाइज नहीं लाते, मेहनत कश इंसान ने, रिटायर्ड नौकरी छड़ी है, पर 9 इंच छाती फैलाने का रिकॉर्ड है। और ये अज की तस्वीर है, तो ये पहला की तस्वीर भी तुहाडे नाल सांझी कर रहे हैं, दोवें तस्वीर ने सरदार जी रखो उस तरह ही रखो, छाती फैला के रखो तुसीं, तो ये दोनों तस्वीर दिखाणियां इस करके जरूरी है कि 9 इंच छाती फैलाने का रिकॉर्ड लिमका बुक ऑफ वर्ल्ड रिकॉर्ड के विच बकायदा तौर पर दर्ज है। तो ये तस्वीर तुम दिखा रहे हैं, बकायदा लिखा कि सुरेंद्र सिंह आजाद जिहड़े कि वर्ल्ड रिकॉर्ड उन्होंने बनाया है, तो खिताब भी लिमका बुक ऑफ वर्ल्ड रिकॉर्ड है, तो उस 1990 के सरदार साहब सेहत परमात्मा उन्होंने बहुत ज़्यादा सेहत दे, असी कामना वाहेगुरु अगे अरदास करते हैं कि यहोजे लोग होन ताकि नौजवान नशे च जिहड़े जांदे ने उन्होंने सुनिया है कि 9 इंच छाती फैलाने का रिकॉर्ड अज भी है। 81 साल की उम्र है जी? कितनी उम्र है जी? 81 81 में लगा है। 81 में लगा है? 81 पूरे हो गए। अच्छा 80 पूरे, 81 साल हो गए। अच्छा होर किहड़ा रिकॉर्ड इकदा करके दिखाओ जरा तुसीं, तुहानूं तस्वीरां सांझियां कर रहे हैं असीं अमृतसर तों ने, अमृतसर दे सुरेंद्र सिंह आजाद जिहड़े ने उह इक रिकॉर्ड दे धनी ने, रिकॉर्ड एक नहीं 16-16 रिकॉर्ड अपने नाल रखे है, तो अज असीं तुहानूं उहनां दी एक जीवनी बारे दस रहे हैं। सरदार साहब होर किहड़ा कोई रिकॉर्ड तुहानूं दस के, क्योंकि बहुत सारे रिकॉर्ड है, की कुछ कीता जीवन दे विच आपां, ते असीं जरा लोकां नूं दस सकीए कि नौजवान पीढ़ी अज्ज कल नशे 'च जांदी है, बहुत सारियां गल्लां कीतियां जांदियां, ते की कहना चाहोगे दसो जी? होर की करोगे तुसी? कोई ताड़ी भी होर की? दो हथां किस तरह? दो हथां ऑटोग्राफ से
ਫੋਟੋਗ੍ਰਾਫ ਜੀ ਹਾਂ ਕਰਕੇ ਦਿਖਾਓਗੇ ਜੀ ਹਾਂ ਹਾਂ ਕਿਉਂ ਨਹੀਂ ਦੋ ਤਾਂ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਜੀ ਹੁਣ ਆਟੋਗ੍ਰਾਫ ਜਿਹੜੇ ਨੇ ਦੋ ਹੱਥਾਂ ਨਾਲ ਕਰਕੇ ਦਿਖਾਉਣਗੇ ਸਰਦਾਰ ਸੁਰਿੰਦਰ ਸਿੰਘ ਆਜ਼ਾਦ ਤਾਂ ਦੋਵੇਂ ਹੱਥਾਂ ਨਾਲ ਲਿਖਣ ਦਾ ਰਿਕਾਰਡ ਵੀ ਸੁਰਿੰਦਰ ਸਿੰਘ ਆਜ਼ਾਦ ਉਹਨਾਂ ਦੇ ਨਾਂ ਦੇ ਤਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਆਜ਼ਾਦ ਸਾਹਿਬ ਆਟੋਗ੍ਰਾਫ ਦਿਓ ਜੀ ਐਂ ਵੇਖ ਸਕਦੇ ਹੋ ਇਹ ਕੋਈ ਮੈਜਿਕ ਨਹੀਂ ਹੈ ਬਲਕਿ ਸੁਰਿੰਦਰ ਸਿੰਘ ਆਜ਼ਾਦ ਹਨਾ ਦੇ ਸਿਗਨੇਚਰ ਨੇ ਜਿਹੜੇ ਕਿ ਉਹ ਖੁਦ ਕਰਦੇ ਨੇ ਇਹ ਵੀ ਰਿਕਾਰਡ ਹੈ ਭਾਅ ਜੀ ਹਾਂਜੀ ਇਹ ਉਹ ਚ ਆਇਆ ਜਨਰਲ ਕਿਤਾਬ ਚ ਆਇਆ ਜੀ ਕੇ ਦੇ ਵਿੱਚ ਅੱਛਾ ਜੀ ਜੀ ਕੇ ਜੀ ਅਖਬਾਰ ਨਾ ਜਿਹੜੀ ਹੈਗਾ ਮੈਗਜ਼ੀਨ ਉਹਦੇ ਵਿੱਚ ਆਇਆ ਲਿਖ ਕੇ ਦਿਖਾਓ ਜੀ ਜਨਰਲ ਕਿਤਾਬ ਦੋ ਸਾਈਨ ਇਕੱਠੇ ਕਰ ਦੋ ਸਾਈਨ ਇਕੱਠੇ ਕਰਦੇ ਬਸ ਦੋ ਸਾਈਨ ਵੀ ਇਕੱਠੇ ਕਰਦੇ ਨੇ ਆਜ਼ਾਦ ਸਾਹਿਬ ਵੀ ਮੈਂ ਕਰ ਲਵਾਂ ਸਰ ਅੱਛਾ ਪਹਿਲੇ ਮੂੰਹ ਨਾਲ ਕਿਸ ਤਰ੍ਹਾਂ ਕਰ ਲੈਂਦੇ ਸੀ ਵਿੱਚ ਰੱਖ ਹੈ ਹਾਂ ਮੂੰਹ ਨਾਲ ਸਾਈਨ ਪਰ ਹੁਣ ਹੁੰਦਾ ਨਹੀਂ ਨਾ ਬਲਕਿ ਕਿਉਂਕਿ ਦੰਦ ਖਰਾਬ ਹੋ ਗਏ ਪੁਰਾਣੇ ਤਾਂ ਉਹ ਵੀ ਰਿਕਾਰਡ ਉਹਨਾਂ ਦੇ ਨਾਂ ਨੇ ਤਾਂ ਹੋਰ ਸਰਦਾਰ ਜੀ ਕਿਹੜਾ ਰਿਕਾਰਡ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਜਿਹੜੇ ਕਿ ਲੋਕ ਦੇਖ ਸਕਣ ਜਿਹੜਾ ਕਿ ਕੁਛ ਵਿਚਿੱਤਰ ਹੋਵੇ ਤੁਸੀਂ ਕਰਕੇ ਦਿਖਾਓ ਜਿਹੜਾ ਇਹ 70 ਕਿਲੋਮੀਟਰ ਐਵਰੇਜ ਦਾ ਰਿਕਾਰਡ ਬਣਾਇਆ ਮੈਂ ਸਕੂਟਰ ਦਾ ਹਾਂ 70 ਕਿਲੋਮੀਟਰ ਲਗਾਤਾਰ ਚਲਾਇਆ ਲਗਾਤਾਰ ਠੀਕ ਹੈ ਤੁਸੀਂ ਕਿਹਾ ਇੱਕ ਤੌੜੀ ਦੇ ਨਾਲ ਚੁਟਕੀ ਮਾਰ ਦਿਓ ਕਿਸ ਤਰ੍ਹਾਂ ਜੀ ਕਿੰਨੀਆਂ ਮਾਰ ਲੈਂਦੇ ਜੀ ਇੱਕ 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 ਮਿੰਟ ਦੇ ਵਿੱਚ 290 ਹਾਂ ਨਹੀਂ ਇਹ 6500 ਅਤੇ 6500 ਇੱਕ ਘੰਟੇ 6500 ਤਾੜੀਆਂ ਅਤੇ 6500 ਚੁੱਕੀ ਅਤੇ 13000 ਦਾ ਰਿਕਾਰਡ ਆ ਮੇਰਾ ਰਿਕਾਰਡ ਹਾਂ 13000 ਦੋਨਾਂ ਦਾ ਇਹ ਵੀ ਸਭ 13000 ਦਾ ਰਿਕਾਰਡ ਆ ਅਤੇ ਫਿਰ ਦੁਬਾਰਾ ਮਾਰ ਕੇ ਦਿਖਾਓਗੇ ਜੀ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰੀਕੇ ਨਾਲ ਮਾਰ ਕੇ ਦਿਖਾਉਣਗੇ ਰਿਕਾਰਡ ਤਾਂ ਰਿਕਾਰਡ ਮੈਨ ਦੇ ਨਾਲ ਅਸੀਂ ਲਗਾਤਾਰ ਚਰਚਾ ਜਾਰੀ ਰੱਖਾਂਗੇ ਤੁਸੀਂ ਵੇਖ ਸਕਦੇ ਹੋ ਸੁਰਿੰਦਰ ਸਿੰਘ ਆਜ਼ਾਦ ਸਾਡੇ ਨਾਲ ਨੌਜਵਾਨ ਕਹਾਂਗੇ ਇਸ ਕਰਕੇ ਕਿ ਪੰਜਾਬ ਦੀ ਪੀੜ੍ਹੀ ਇਹਨਾਂ ਕੋਲ ਸੇਧ ਲਵੇ ਕਿ ਆਖਿਰਕਾਰ ਅਸੀਂ ਵੀ ਕੁਛ ਕਰ ਸਕਦੇ ਹਾਂ ਹਾਂਜੀ ਭਾਅ ਜੀ ਕਰਕੇ ਦਿਓ ਜੀ ਸਭ ਤੋਂ ਵੱਡੀ ਚੀਜ਼ ਹੈ ਸੁਮਰੇ ਉਂਗਲਾਂ ਕੰਮ ਕਰਨੀਆਂ ਬੰਦ ਕਰ ਦਿੰਦੀਆਂ ਬਾਹਾਂ ਜ਼ੋਰ ਫੜਨਾ ਬੰਦ ਕਰ ਦਿੰਦੀਆਂ ਲੇਕਿਨ ਇੱਥੇ ਤੁਸੀਂ ਵੇਖੋ ਹੌਸਲੇ ਪੰਜਾ ਲਾਈਏ ਤੁਹਾਡੇ ਨਾਲ ਜੀ ਇਹ ਦੇਖੋ ਸ਼ਾਇਦ ਮੇਰਾ ਹੱਥ ਥੋੜ੍ਹਾ ਕਮਜ਼ੋਰ ਹੋਊਗਾ ਪਰ ਆਜ਼ਾਦ ਸਾਹਿਬ ਦਾ ਹੱਥ ਤੁਸੀਂ ਵੇਖੋ ਗ੍ਰਿਪ ਕਰੋ ਜੀ ਪੂਰਾ ਵੇਖੋ ਜੀ ਪੂਰੀ ਗ੍ਰਿਪਿੰਗ ਜੇ ਵੇਖੋ ਪੰਜਾਬੀ ਉਹ ਵੇਖੋ ਇਹਨੂੰ ਕਹਿੰਦੇ ਗ੍ਰਿਪਿੰਗ ਇਹ ਵੇਖੋ ਇਹ ਕਿਆ ਬਾਤ ਹੈ ਸਰਦਾਰ ਜੀ ਮਜ਼ਾ ਆ ਗਿਆ ਜੀ ਤੁਹਾਡੇ ਨਾਲ ਬਹੁਤ ਸਾਰੀ ਮੈਂ ਇੰਟਰਵਿਊਜ਼ ਕੀਤੀਆਂ ਆਪਣੀ ਜ਼ਿੰਦਗੀ 'ਚ ਪਰ ਤੁਹਾਡੇ ਨਾਲ ਕਰਕੇ ਮੈਨੂੰ ਬਹੁਤ ਚੰਗਾ ਲੱਗਾ ਜੀ ਇੰਟਰਵਿਊ ਸਭ ਤੋਂ ਬੈਸਟ ਤੁਹਾਡੀ ਨਹੀਂ ਸਰ ਮੈਂ ਕੋਸ਼ਿਸ਼ ਕਰਦਾ ਵਾਂ ਕਿ ਪੰਜਾਬੀਅਤ ਨੂੰ ਅੱਗੇ ਲਿਆਇਆ ਜਾਵੇ ਹੁਣ ਅਸੀਂ ਕੁਛ ਹੋਰ ਗੱਲਾਂ ਕਰਦਾਂਗੇ ਤੁਹਾਡੇ ਜੀ ਆਪਾਂ ਕੁਛ ਹੋਰ ਗੱਲ ਕਰਨਾ ਚਾਹਾਂਗੇ ਕਿ ਅੱਜ ਕੱਲ੍ਹ ਨਸ਼ੇ ਦੀ ਬੜੀ ਸਮੱਸਿਆ ਕੀ ਕਹਿਣਾ ਚਾਹੋਗੇ ਨੌਜਵਾਨ ਪੀੜ੍ਹੀ ਇਹ ਤਾਂ ਸਭ ਤੋਂ ਪਹਿਲਾਂ ਤਾਂ ਮਾਂ ਪਿਓ ਨੂੰ ਚਾਹੀਦਾ ਕਿ ਬੱਚੇ ਆਪਣੇ ਦੇਖਣ ਵੀ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਅਤੇ ਦੂਜੀ ਗੱਲ ਹੈ ਵੀ ਗੌਰਮੈਂਟ ਜਿਹੜੀ ਹੈਗੀ ਆ ਇਹ ਸਖ਼ਤ ਸਟੈਪ ਲਵੇ ਅਤੇ ਸਾਰਿਆਂ ਨੂੰ ਫੜੇ ਜਿਹੜਾ ਵੇਚਦਾ ਆ ਉਹਨੂੰ ਪਕੜੇ ਅਤੇ ਜਿਹੜਾ ਲੈਂਦਾ ਆ ਉਹਨੂੰ ਵੀ ਪਕੜੇ ਉਹਨਾਂ ਨੂੰ ਪਕੜੇ ਤੁਸੀਂ ਕੀ ਆਪਣੇ ਜੀਵਨ 'ਚ ਆਪਣਾ ਇੱਕ ਐਡਾ ਵੱਡਾ ਤੁਹਾਡਾ ਤੁਸੀਂ ਇੱਕ ਮਾਪਦੰਡ ਹਾਸਲ ਕੀਤਾ ਕਿ ਖਾਂਦੇ ਪੀਂਦੇ ਕੀ ਰਹੇ ਤਾਂ ਕਿ ਨੌਜਵਾਨ ਪੀੜ੍ਹੀ ਵੀ ਤੁਹਾਡੇ ਮੈਂ ਕਹਿੰਦਾ ਨਕਸ਼ੇ ਕਦਮ 'ਤੇ ਚੱਲੇ ਮੈਂ ਇਹ ਬਹੁਤ ਸਾਦੀ ਮੇਰੀ ਖੁਰਾਕ ਦੋ ਰੋਟੀਆਂ ਸਵੇਰੇ ਦੋ ਦੁਪਹਿਰ ਦੋ ਸ਼ਾਮ ਅਤੇ ਇਸ ਤਰ੍ਹਾਂ ਆ ਕਿ ਮੈਂ 1000 ਡੰਡ 1000 ਬੈਠ ਮਾਰ ਦਿੰਦਾ ਸੀ 1000 ਡੰਡ ਹਾਂ ਨਹੀਂ ਹੁਣ ਨਹੀਂ ਉਹ ਤਾਂ ਮਾਰ ਸਕਦਾ ਫਿਰ ਮੈਂ ਵੀ ਹੁਣ ਮੈਂ ਚੜਾਵਾਂ ਵਾਲੀ ਗੱਲ 1000 ਡੰਡ 1000 ਡੰਡ 1000 ਬੈਠ ਕੇ ਇੱਕ ਟਾਈਮ ਕਿੰਨੀ ਦੇਰ 'ਚ ਟਾਈਮ ਤਾਂ ਲੱਗ ਜਾਂਦਾ ਘੰਟੇ ਤੋਂ ਉੱਪਰ ਲੱਗ ਜਾਂਦਾ ਹੁਣ ਵੈਸੇ ਇੱਕ ਅੱਧਾ ਡੰਡ ਮਾਰ ਕੇ ਦਿਖਾ ਸਕਦੇ ਉਹ ਤਾਂ ਕੋਈ ਗੱਲ ਨਹੀਂ ਲਓ ਜੀ ਡੰਡ ਬੈਠਕਾਂ ਹੁਣ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿ 81 ਸਾਲ ਦੇ ਨੌਜਵਾਨ ਦੀ ਡੰਡ ਬੈਠਕਾਂ ਦਾ ਰਿਕਾਰਡ ਉਮਰ ਕਹਿੰਦੇ ਨਾ ਏਜ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ ਏਜ ਇਜ਼ ਜਸਟ ਏ ਨੰਬਰ ਮੈਂ ਕਿਹਾ ਸ਼ਾਇਦ ਉਹ ਕਹਾਵਤ ਇੱਥੇ ਢੁੱਕਦੀ ਨਜ਼ਰ ਆਉਂਦੀ ਹੈ ਕਿ ਉਮਰ ਸਿਰਫ ਤਕਾਜ਼ਾ ਲਾ ਕੇ ਦਿਖਾਓ ਜੀ
तुहानू वेखो पंजाब इहनू कहिंदे पंजाब जिहदे करके पंजाब जाणिया जांदा सी तां उह पंजाब दी तस्वीर तुहानू असीं सांझी कर रहे हां। डंड बैठकां किद्दां सुरिंदर सिंह आजाद वेखो जी तुसीं तस्वीर वेखो जी लो जी वेखो पंजाबी हो वेखो पंजाबी हो वेखो 1000 डंड बैठक भी लाते रहे ने। हाँ जी हाँ जी तो चलो पुराना रिकॉर्ड बैठक भी ला लेंगे सी। आजाद साहब एक होर सवाल तुम करना चाहवागा कि की कहना चाहोगे किवें अपना समाज अं चाहते कि सारे लोग ताडे वकन हो। शुरू तो ही हाँ जे माँ प्यो ठीक है रस्ते पाएंगे तो फिर बच्चे जाएंगे अदरवाइज कुछ नहीं है। फिर माँ प्यो का फर्ज बनता है कि अपने बच्चे सही रस्ते। अगला टीचा की है हूँ कोई रिकॉर्ड बनाना क्योंकि बहुत सारे रिकॉर्ड बन गए क्योंकि 16-17 रिकॉर्ड तुहाडे आ गए तो कुछ रिकॉर्ड आने वाले ने। अगला टीचा की है 33 रिकॉर्ड मैं बना चुका तो 16 रिकॉर्ड वो लिमका बुक तो होर भी कई किताबें है पर उन्होंने इन्नी वैल्यू नहीं जिनी कि लिमका बुक चीज लिमका बुक गिनी तो बाद। हाँ जी रिकॉर्ड तो बन रहे हैं भाई बन रहे हूँ 4 पीढ़ियाँ ने वोट पाई है एक बूथ से 4 बारी। अच्छा जैसे तो वर्ल्ड रिकॉर्ड। अच्छा 4 पीढ़ियाँ। हाँ हाँ ये हूँ मैं अप्लाई करता ना तो फिर 4 जने ने अखा दान की। अच्छा 4 पीढ़ियाँ ने तुसी आ मैं मेरा डैडी अच्छा ते मेरा मुंडा ते उधर के मुंडा। अच्छा 4 पीढ़ियाँ तुसी अखा दान की थी। अखा दान की थी तुसी अखा दान करते हैं। हाँ आफ्टर डेथ। वाह क्या बात है बहुत मजा आ जी। पंजाब दी जवानी नू सुनेहा देंदे ने सरदार सुरिंदर सिंह आजाद। उम्मीद करते हैं कि जरूर इंस्पायर जरूर हो गए तुसी लोग जिहड़े लोग अक्सर असी देखते हैं 50 साल की उम्र तो बाद डाक्टरां दे धक्के खांदे ने ना उन्हां वास्ते मिसाल ने साडे बजुर्ग साडा आईना साडा चार मीनार साडी वाकई शान सरदार सुरिंदर सिंह आजाद। कैमरामैन अजय सुमित खन्ना ग्रेट पंजाब टीवी अमृतसर।